ਪੰਜਾਬ ਪੁਲਿਸ ਆਪਣੇ ਕਾਰਨਾਮੇ ਦੇ ਚੱਲਦੇ ਅਕਸਰ ਸੁਰਖੀਆਂ ਬਟੋਰ ਰਹੀ ਹੈ। ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਹੈ ਨਾਭਾ ਦੇ ਬੌੜਾ ਗੇਟ ਚੌਂਕ ਵਿਖੇ, ਜਿੱਥੇ ਰਾਤ ਮੈਕਸੀਮਮ ਸਿਕਿਉਰਿਟੀ ਜੇਲ੍ਹ ਦਾ ਮੁਲਾਜ਼ਮ ਹਰਮਿੰਦਰ ਸਿੰਘ ਕਾਰ 'ਤੇ ਆਪਣੇ ਪਰਿਵਾਰ ਸਮੇਤ ਸੰਗਰੂਰ ਤੋਂ ਨਾਭਾ ਰਿਹਾ ਸੀ। ਤਾਂ ਨਾਭਾ ਦੇ ਬੌੜਾ ਗੇਟ ਚੌਂਕ ਵਿਖੇ ਪਹੁੰਚਿਆ ਤਾਂ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਪੁਲਿਸ ਨੇ ਜੇਲ੍ਹ ਮੁਲਾਜ਼ਮ ਦੀ ਕਾਰ ਦਾ ਸ਼ੀਸ਼ਾ ਕਿਵੇਂ ਤੋੜ ਦਿੱਤਾ, ਪੁਲਿਸ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ। ਜੇਲ੍ਹ ਮੁਲਾਜ਼ਮ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਹੱਥ ਦਿੱਤਾ ਗਿਆ ਅਤੇ ਜਦੋਂ ਉਹ ਰੋਕਣ ਲੱਗਿਆ ਤਾਂ ਪੁਲਿਸ ਵੱਲੋਂ ਕਾਰ ਦੇ ਸ਼ੀਸ਼ੇ 'ਤੇ ਜ਼ੋਰ ਦੀ ਬੈਟਰੀ ਮਾਰੀ ਤਾਂ ਕਾਰ ਦਾ ਸ਼ੀਸ਼ਾ ਟੁੱਟ ਗਿਆ, ਜਿਸ ਦੌਰਾਨ ਜੇਲ੍ਹ ਮੁਲਾਜ਼ਮ ਹਰਮਿੰਦਰ ਸਿੰਘ ਦੀ 14 ਸਾਲਾ ਬੱਚੀ ਦੀ ਅੱਖ 'ਤੇ ਜਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜੇਲ੍ਹ ਮੁਲਾਜ਼ਮ ਹਰਮਿੰਦਰ ਸਿੰਘ ਨੇ ਪੁਲਿਸ ਮੁਲਾਜ਼ਮ ASI ਮੇਵਾ ਸਿੰਘ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਮੁਲਾਜ਼ਮ ਮੇਵਾ ਸਿੰਘ ਨੇ ਇਹ ਕਹਿ ਕੇ ਪੱਲਾ ਚਾੜ ਲਿਆ ਕਿ ਕਾਰ ਦਾ ਸ਼ੀਸ਼ਾ ਤਾਂ ਪਹਿਲਾਂ ਹੀ ਟੁੱਟਿਆ ਹੋਵੇਗਾ। ਸਾਲੀ ਦੀ ਬੇਟੀ ਦੀ ਮੈਰਿਜ ਕਰਕੇ ਸੰਗਰੂਰ ਵਾਪਸ ਆ ਰਿਹਾ ਸੀਗਾ। ਬੌੜਾ ਗੇਟ 'ਤੇ ASI ਮੇਵਾ ਸਿੰਘ ਖੜਾ ਸੀਗਾ, ਉਹਨੇ ਵੀ ਗੱਡੀ ਨੂੰ ਹੱਥ ਦਿੱਤਾ। ਮੈਂ ਗੱਡੀ ਰੋਕੀ, ਮੈਂ ਕਿਹਾ ਮੈਂ ਮੁਲਾਜ਼ਮ ਹਾਂ, ਕਹਿੰਦਾ ਗੱਡੀ ਸਾਈਡ 'ਤੇ ਲਾਓ। ਗੱਡੀ ਸਾਈਡ 'ਤੇ ਲਾਉਣ ਲੱਗਿਆ ਇਹਨੇ, ਮੇਰਾ ਬੱਚਾ ਗੱਡੀ ਚਾਰ ਸੀਗਾ, ਇਹ ਟਾਰਚ ਮਾਰ ਕੇ ਸ਼ੀਸ਼ਾ ਭੰਨਤਾ। ਮੇਰੇ ਸਾਲੀ ਦੀ ਬੇਟੀ ਨਾਲ ਬੈਠੀ ਸੀਗੀ, ਉਹਦੇ ਕਚਰੇ ਵੱਜੇ ਸ਼ੀਸ਼ੇ 'ਤੇ, ਅੱਖ 'ਤੇ, ਸੱਜੇ ਹੱਥ 'ਤੇ ਸੱਜੇ 'ਤੇ ਵੱਜੇ, ਇਹਨੇ ਉਹਦੇ ਅੱਖ ਭੰਨਤੀ ਨਾਲ ਆਪਣਾ ਇੱਥੋਂ ਉਹਦੇ ਬਲੱਡ ਆ ਰਿਹਾ, ਉਹਦੇ ਕਿੱਥੇ 'ਤੇ ਕੱਚ ਵੱਜਿਆ ਉਹਦੇ, ਉਹ ਹਸਪਤਾਲ 'ਚ ਪਈ ਹੈ। ਇਹ ਬੰਦਾ ASI ਮਾਂ ਸੀ, ਮੇਰੇ ਹਿਸਾਬ ਨਾਲ ਸਸਪੈਂਡ ਹੋਣਾ ਚਾਹੀਦਾ, ਲੈਣ ਹਾਜ਼ਰ ਹੋਣਾ ਚਾਹੀਦਾ, ਉਹ ਮੈਨੂੰ ਇਨਸਾਫ ਮਿਲਣਾ ਚਾਹੀਦਾ। ਮੇਰਾ ਫੈਮਿਲੀ ਮੇਰੇ ਨਾਲ ਹੈ, ਬੱਚੇ ਮੇਰੇ ਨਾਲ ਨੇ, ਮੇਰੀ ਮਿਸਰੀ ਮੇਰੇ ਨਾਲ ਹੈ, ਮੇਰੀ ਸਾਲਿਆ ਦੇ ਨਾਲ ਹੈ, ਸਾਲੇ ਦੀ ਬੇਟੀ ਨਾਲ ਹੈ, ਠੀਕ ਹੈ, ਮੇਰਾ ਬੇਟਾ ਨਾਲ ਹੈ। ਮੈਂ ਗੱਡੀ ਰੋਕੀ ਆ, ਮੈਂ ਦਿਖਾਇਆ ਮੈਂ ਮੁਲਾਜ਼ਮ ਹਾਂ, ਮੈਂ ਆਈ ਕਾਰਡ ਦਿਖਾਇਆ, ਮੈਂ ਸਕਿਉਰਟੀ ਜੇਲ੍ਹ ਨਾਭਾ ਦੇ ਮੁਲਾਜ਼ਮ ਹਾਂ, ਮੇਰਾ ਨਾਮ ਹਰਮਿੰਦਰ ਸਿੰਘ, ਬੈਲਟ ਮੇਰੇ ਦੋਸਤ ਪੱਖਾ ਹੈ। ਇਸ ਬੰਦੇ ਨੇ, ਮੇਵਾ ਸਿੰਘ ਨੇ, ਗੱਡੀ ਸਾਈਡ ਲਾਉਣ ਤੋਂ ਪਹਿਲਾਂ ਮੇਰੇ ਗੱਡੀ 'ਤੇ ਟਾਰਚ ਮਾਰ ਕੇ ਸ਼ੀਸ਼ਾ ਭੰਨਿਆ ਅਤੇ ਮੇਰੀ ਬੱਚੀ ਦਾ ਨੁਕਸਾਨ ਕੀਤਾ। ਉਹਦੇ ਸੱਟਾਂ ਵੱਜੀਆਂ ਜੀ, ਸੱਜੇ ਹੱਥ ਦੇ, ਸੱਜੇ ਹੱਥ ਅੱਖ ਦੇ ਉੱਤਲੇ ਪਾਸੇ ਕਚਰੇ ਵੱਜੇ ਸ਼ੀਸ਼ੇ ਦੇ, ਇਸ ਤੋਂ ਹਸਪਤਾਲ ਦੇ ਵੀ ਦਾਖਲ ਪਈ ਹੈ। ਮੈਂ ਆਈ ਕਾਰਡ ਦਿਖਾਇਆ, ਬਸ ਪਤਾ ਨਹੀਂ ਕੀ ਦਿਮਾਗ ਸੀਗਾ, ਕੀ ਆਇਆ ਕੀ, ਮੈਨੂੰ ਪਤਾ ਕੀ ਆਇਆ ਦਿਮਾਗ 'ਚ ਆਇਆ, ਪਤਾ ਨਹੀਂ ਕੀ ਮੇਰੇ ਤੋਂ ਭਾਲਦਾ ਸੀ ਇਹ, ਪਰ ਕਿ ਮੈਂ ਕਿਹਾ ਮੈਂ ਮੁਲਾਜ਼ਮ, ਆਈ ਕਾਰਡ ਦਿਖਾਇਆ, ਮੈਂ ਮੁਲਾਜ਼ਮ ਯਾਰ। ਮੰਗ ਇਹੀ ਕਰਦਾ ਵੀ ਇਹ ਬੰਦਾ ਲੈਣ ਆ ਹੋਣਾ ਚਾਹੀਦਾ, ਸਸਪੈਂਡ ਹੋ ਕੇ ਇਹਨੂੰ ਮੈਨੇਜ ਕਰ ਦਿਆ, ਸਜ਼ਾ ਮਿਲਣੀ ਚਾਹੀਦੀ ਇਹਨੂੰ, ਮੇਰੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ, ਜਿਹੜੀ ਬੱਚੀ ਦਾ ਨੁਕਸਾਨ ਕੀਤਾ ਹੈ ਉਹਦਾ ਸ਼ੀਸ਼ਾ ਭੰਨਿਆ, ਇਹ ਵੀ ਨੁਕਸਾਨ ਪੂਰਾ ਹੋਣਾ ਚਾਹੀਦਾ ਇਹਦੇ ਤੋਂ। ਬੱਚੀ ਹੁਣ ਕਿੱਥੇ ਹੈ ਜੀ? ਬੱਚੀ ਹਸਪਤਾਲ 'ਚ ਦਾਖਲ ਹੈ ਜੀ, ਸਿਵ ਹਸਪਤਾਲ 'ਚ ਦਾਖਲ ਹੈ, ਇੱਥੇ ਜਾ ਕੇ ਦੇਖ ਸਕਦੇ ਹੋ, ਮੈਂ ਨਾਲ ਚੱਲ ਰਿਹਾ। ਇਸ ਬੰਦੇ ਨੇ ਮੇਰੀ ਬੱਚੀ ਦਾ ਨੁਕਸਾਨ, ਬੱਚੀ ਤੇਰਾਂ 14 ਸਾਲ ਦੀ ਹੈ, 17 ਸਾਲ ਦੀ ਹੈ, ਕੁਛ ਨਹੀਂ, ਮੈਂ ਹਾਲੇ ਖੜ੍ਹੀ ਹਾਂ ਜੀ, ਹਾਲੇ ਖੜ੍ਹੀ ਹਾਂ, ਮੈਂ ਤਾਂ ਜਿਹੜੀ ਤੁਹਾਨੂੰ ਬੁਲਾਇਆ ਹਾਲੇ ਤਾਂ ਖੜ੍ਹੀ ਹਾਂ ਜੀ, ਕੁਛ ਨਾ ਕੁਛ ਦੱਸਿਆ ਲਿਆ, ਮੈਂ ਗੱਲ ਕਰਦਾ ਅਫਸਰ ਕੀ ਕਹਿੰਦੇ ਨੇ, ਪੁੱਛਦੇ ਹਾਂ ਕੀ ਕਹਿੰਦੇ ਜੀ। ਸਰਕਾਰੀ ਹਸਪਤਾਲ 'ਚ ਦਾਖਲ ਹੈ, ਉਹਦੇ ਇੱਥੇ ਪੁੜਪੁੜੀ 'ਤੇ ਕੰਨ 'ਤੇ ਸੱਟ ਵੱਜੀ ਹੈ, ਖੂਨ ਨਿਕਲ ਰਿਹਾ ਸੀ ਬਹੁਤ ਜ਼ਿਆਦਾ, ਸ਼ੀਸ਼ਾ, ਪੁਲਿਸ ਵਾਲੇ ਨੇ ਇੰਨੀ ਦੂਰੋਂ ਭਗਾ ਕੇ ਬੈਟਰੀ ਮਾਰੀ ਹੈ ਸ਼ੀਸ਼ੇ ਦੇ ਉੱਪਰ, ਸਾਨੂੰ ਤਾਂ ਐਂ ਸੀ ਵੀ ਗੋਲੀ ਮਾਰੀ ਇਹਨਾਂ ਨੇ ਸਾਡੇ, ਸਾਡੇ ਬੱਚੇ ਨੇ ਇੱਧਰਲੇ ਪਾਸੇ ਗੱਡੀ ਰੋਕਣੀ ਸੀ ਸਾਈਡ 'ਤੇ ਕਰਕੇ, ਇਹਨਾਂ ਰੋਕਣ ਤੋਂ ਪਹਿਲਾਂ ਸਾਨੂੰ ਮੌਕਾ ਨਹੀਂ ਦਿੱਤਾ, ਇਹਨਾਂ ਨੇ ਪਹਿਲਾਂ ਹੀ ਮਾਰੀ ਕੋਈ ਚੀਜ਼ ਭਗਾ ਕੇ। ਪੁੜਪੁੜੀ ਤੇ ਲੱਗੀ ਹੈ ਜੀ, ਸ਼ੀਸ਼ਾ ਵੱਜਿਆ ਜੀ, ਤੇ ਕੰਨ ਦੇ ਵਿੱਚ ਸੱਟ ਲੱਗੀ ਹੈ, ਖੂਨ ਨਿਕਲ ਰਿਹਾ ਬਹੁਤ ਜ਼ਿਆਦਾ, ਅਸੀਂ ਗਏ ਨਹੀਂ ਹਜੇ ਹਸਪੀਟਲ 'ਚ, ਆਹੋ ਬੇਟੀ ਸਾਡੀ। ਮੇਰਾ ਨਾਮ ਜਸਵੀਰ ਕੌਰ ਹੈ, ਮੈਂ ਸੱਤ ਫੇਸ ਮੋਹਾਲੀ ਰਹਿੰਦੀ ਹਾਂ। ਅਸੀਂ ਅੱਜ ਆਪਣੀ ਭਾਣ ਜੀ ਦਾ ਵਿਆਹ ਕਰਕੇ ਆਪਣਾ ਸੰਗਰੂਰ ਤੋਂ ਆ ਰਹੇ ਸੀਗੇ, ਤੇ ਮੇਰੇ ਭੈਣ ਜੀਜਾ ਜੀ ਹੈ, ਇਹਨਾਂ ਦੀ ਡਿਊਟੀ ਹੁੰਦੀ ਹੈ ਨਾਭੇ ਪੁਲਿਸ ਵਿੱਚ, ਸਕਿਉਰਟੀ ਵਿੱਚ, ਠੀਕ ਹੈ। ਅਸੀਂ ਆ ਰਹੇ ਸੀ, ਅਸੀਂ ਕਿਹਾ ਚਲੋ ਖਾਣਾ ਖੁਣਾ ਖਾ ਕੇ ਚਲੇ ਜਾਂਦੇ ਹਾਂ, ਵਿਦਾਈ ਉਹਦੀ ਲੇਟ ਹੋਈ ਆ, ਅਤੇ ਅਸੀਂ ਆ ਰਹੇ ਸੀ ਬੜੇ ਆਰਾਮ ਨਾਲ, ਦੋ ਫੈਮਲੀਆਂ ਸਾਡੀਆਂ, ਦੋ ਗੱਡੀਆਂ, ਸਾਡੀ ਗੱਡੀ ਅੱਗੇ ਸੀਗੀ, ਇੱਕ ਗੱਡੀ ਇੱਕ ਪਿੱਛੇ ਸੀਗੀ। ਜਦੋਂ ਅਸੀਂ ਆਏ ਹਾਂ, ਕਰੋਸ ਕੀਤੇ ਹਾਂ, ਇਹਨਾਂ ਨੇ ਪੁਲਿਸ ਵਾਲਿਆਂ ਨੇ ਇੱਕਦਮ ਸਾਡੀ ਗੱਡੀ 'ਤੇ ਕੁਛ ਐਸਾ ਮਾਰਿਆ, ਸਾਨੂੰ ਇੱਦਾਂ ਲੱਗਿਆ ਕਿ ਸਾਡੇ ਗੋਲੀ ਮਾਰੀ ਹੈ ਇਹਨਾਂ ਨੇ, ਠੀਕ ਹੈ ਜੀ। ਸਾਡੀ ਸਾਨੂੰ ਨਹੀਂ ਪਤਾ ਕੀ ਮਾਰਿਆ, ਅਸੀਂ ਨਹੀਂ ਦੇਖਿਆ ਬੈਟਰੀ ਮਾਰੀ ਜਾਂ ਕੀ ਮਾਰਿਆ ਕੀ ਨਹੀਂ, ਇਹ ਕੋਈ ਇਨਸਾਨੀਅਤ ਬਣਦੀ ਹੈ ਇਹਨਾਂ ਦੀ? ਤੁਸੀਂ ਆਪ ਸੋਚੋ, ਜਲਦੀ ਗੱਡੀ ਤੇ ਸਾਡੀ ਭਤੀਜੀ ਜਿਹੜੀ ਕਿ ਵਿਚਾਰੀ ਹਿਮਾਚਲ ਤੋਂ ਪਤਾ ਨਹੀਂ ਕਿੱਦਾਂ ਕਿੱਦਾਂ ਕਰਕੇ ਵਿਆਹ 'ਚ ਪਹੁੰਚੀ ਸੀ, ਉਸ ਬੱਚੀ ਦੇ ਸੱਟ ਵੱਜੀ ਆ ਹੁਣ, ਇਸ ਟਾਈਮ ਸਰਕਾਰੀ ਹਸਪੀਟਲ 'ਚ ਐਡਮਿਟ ਕਰਾਈ ਆ। ਕਿਹਨਾਂ ਨੇ ਮਾਰਿਆ ਇਹ ਸਾਰਾ? ਇਹ ਪੁਲਿਸ ਵਾਲੇ ਇੱਥੇ ਖੜੇ ਸੀ। ਅਸੀਂ ਮੇਵਾ ਸਿੰਘ, ਕਿਹਨਾਂ ਨੇ ਮਾਰਿਆ? ਇਹ ਅਸੀਂ ਮੇਵਾ ਸਿੰਘ। ਅੱਛਾ ਜੀ, ਇਹ ਕੋਈ ਇਨਸਾਨੀਅਤ ਨਹੀਂ ਆ।
इंसानी तो बनती है ना दी। हालांकि पाजी ने कहा भी है, मेरे जीजा जी ने कहा भी मैं मुलाजम हाँ, भी मैं मुलाजम हाँ, मैं नब्बे जेल चा तो तुसी मैं मतलब मेरी गल सुनो। उन्होंने नहीं इन्हों की गल सुनी बच्ची राइट लगी है, शीशा बजा कुड़पुड़ी पान दे आ रहे बॉर्डर गेट साइड तो जिद तीन चार जने सवार से जिन्होंने मैं टॉर्च दी आ। टॉर्च दे के उन्होंने गड्डी पहला हौली की जिन्होंने इतने बॉर्डर गेट के तीन चार आदमी भी देखते जदों गड्डी उन्हें भजाने की कोशिश की मेरे उत्ते चढ़ा दी जी टॉर्च आ वह शीशे के उत्ते अचानक लग गई। कोई जान बुझ के नहीं मारी गई उन्होंने गड्डी मेरे उत्ते चढ़ा दी गड्डी भजाई है इस कारवी दौरान ये कुछ होया मैं कोई जान बुझ के नहीं मतलब दस नहीं गड्डी पजाई है तो जो नेड़े खड़े से पूछ लो नहीं 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 कैमरे की रिकॉर्डिंग कढ़ा लो जो सामने कैमरे लगे ने जो कैमरे लगे जो कैमर मतलब रुकया हो देख लो जी कैमरे की इस मौजूदा रिकॉर्डिंग कढ़ा लो जो गड्डा बंदा गड्डी नहीं पजा रहा असि तो देखो जी पता कि रात का कई बंद रोकया हुआ जो सू गड़ी रोक साइड से लाई सी सू तो शक्की लगता है बेटी भी सट्टा लगी नहीं जी देखो शीशे का कोई मैं नहीं पता इनका शीशा पहले टुटे हुआ की इस कार्रवाई दौरान की होगा कोई सट बेटी मैं जो शीशा जी हो सकता शीशा जो इन्हों तो अचानक गड्डी भजा रहे थे कोई हो गया हो जो रोप लगा रहे कहूंगे ये झूठा जी सरासर झूठा सी नाके तो हूँ भी खड़े जी पहला भी खड़े से जो आ सरदार आ सामने मुर्गे वाला उन्होंने पूछ लो तो अपने जेडे एक होर खड़े तुली साहब का बेटा और एम एससी का उन्होंने पूछ लो नहीं रिकॉर्डिंग करा लो जी कैमरे की इतने जो मैं आई कार्ड खड़ के दिखाते हैं मैंने जी मर्जी सजा ला दो। आवाज़ी कम टीवी नाभा तो पत्रकार तरुण मेहता की रिपोर्ट।